ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ। ਮੈਂ ਸੁੱਖੀ ਟਿਵਾਣਾ ਅਤੇ ਵਾਣਾ ਸੀਡ ਸਟੋਰ ਤੋਂ, ਅਤੇ ਤੁਸੀਂ ਦੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਖੇਤੀ ਇਨਫੋ। ਕਿਸਾਨ ਵੀਰੋ ਸਭ ਤੋਂ ਪਹਿਲਾਂ ਮਾਫ਼ੀ ਚਾਹੁੰਦਾ ਜੀ ਕਿ ਕਾਫ਼ੀ ਲੰਮੇ ਟਾਈਮ ਤੋਂ ਬਾਅਦ ਜਿਹੜੀ ਵੀਡੀਓ ਹੈਗੀ ਆਪਾਂ ਅਪਲੋਡ ਕਰ ਰਹੇ ਹਾਂ ਜੀ ਅੱਜ ਯੂਟਿਊਬ 'ਤੇ। ਅਤੇ ਅੱਜ ਦੀ ਜਿਹੜੀ ਵੀਡੀਓ ਹੈ ਜੀ, ਇਹਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਜਿਹੜੀ ਕਣਕ ਦੀ ਨਵੀਂ ਵਰਾਇਟੀ ਆਈ ਹੈ DBW 222, ਇਹਦੇ ਬਾਰੇ। ਸੋ ਵੀਡੀਓ ਨੂੰ ਸਾਰੀ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਿਓ ਜੀ, ਕਿਉਂਕਿ ਆਪਾਂ ਜਿਹੜਾ ਪਿਛਲੇ ਸਾਲ ਦਾ ਆਪਣਾ ਤਜਰਬਾ ਹੈਗਾ ਇਸ ਵਰਾਇਟੀ ਬਾਰੇ, ਉਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੱਢਣ ਤੱਕ ਆਪਾਂ ਸਾਰਾ ਸਾਂਝਾ ਕਰਨ ਲੱਗੇ ਹਾਂ ਜੀ। ਅਤੇ ਇਹ ਜਿਹੜੀ ਵਰਾਇਟੀ ਹੈਗੀ ਜੀ DBW 222, ਇਹ ਕਰਨਾਲ ਜਿਹੜਾ ਇੰਸਟੀਚਿਊਟ ਹੈਗਾ IIWBR ਉਹਨਾਂ ਵੱਲੋਂ ਇਹ ਤਿਆਰ ਕੀਤੀ ਗਈ ਹੈ। ਅਤੇ ਆਪਾਂ ਵੀ ਜਿਹੜੀ ਪਿਛਲੇ ਸਾਲ ਹੈਗੀ ਹੈ ਇਹ ਵਰਾਇਟੀ ਉਹਨਾਂ ਤੋਂ ਹੀ ਲੈ ਕੇ ਆਏ ਸੀਗੇ। ਅਤੇ ਪਿਛਲੇ ਸਾਲ ਆਪਾਂ ਜਿਹੜੀ ਵਰਾਇਟੀ ਹੈਗੀ ਜੀ, ਇਹ ਇੱਕ ਤਾਂ 10 ਨਵੰਬਰ ਨੂੰ ਬੀਜੀ ਸੀਗੀ ਅਤੇ ਇੱਕ ਆਪਾਂ 10 ਕੁ ਦਿਨ ਉਸ ਤੋਂ ਲੇਟ ਬੀਜੀ ਸੀਗੀ ਜੀ, ਕਿਉਂਕਿ ਪਹਿਲੇ ਸਾਲ ਜਿਹੜੀ ਵਰਾਇਟੀ ਆਈ ਹੈ ਆਪਾਂ ਦੇਖ ਰਹੇ ਸੀਗੇ ਕਿ ਉਹ ਅਗੇਤੀ ਜ਼ਿਆਦਾ ਵਧੀਆ ਝਾੜ ਦੇਊਗੀ ਜਾਂ ਫਿਰ ਆਪਾਂ ਜਿਹੜੀ ਪਛੇਤੀ ਬੀਜਾਂਗੇ ਉਦੋਂ ਜ਼ਿਆਦਾ ਠੀਕ ਝਾੜ ਦੇਊਗੀ। ਅਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਬਿਜਾਈ ਦੇ ਢੰਗ ਦੇ ਬਾਰੇ, ਇਹਦੇ ਵਿੱਚ ਕਿ ਆਪਾਂ ਇਹਦਾ ਜਿਹੜੀ ਬਿਜਾਈ ਹੈਗੀ ਹੈ ਉਹ ਕਿਵੇਂ ਕੀਤੀ ਸੀਗੀ ਜੀ। ਆਪਾਂ ਵੀਰ ਜੀ ਸ਼ੁਰੂ ਦੇ ਵਿੱਚ ਜਿਵੇਂ ਝੋਨਾ ਵੱਢ ਕੇ ਉਸ ਤੋਂ ਬਾਅਦ ਖੜ੍ਹੇ ਖਰਚੇ ਸੀਗੇ, ਉਹਨਾਂ ਦੇ ਵਿੱਚ ਇੱਕ ਵਾਰ ਰੋਟਾਵੇਟਰ ਫੇਰਿਆ ਸੀਗਾ ਜੀ। ਉਸ ਤੋਂ ਬਾਅਦ ਆਪਾਂ 7 ਕਿਲੋ ਜਿਹੜਾ ਪੋਟਾਸ਼ ਹੈਗਾ ਉਹਦਾ ਛੱਟਾ ਮਾਰਤਾ ਸੀਗਾ ਜ਼ਮੀਨ ਦੇ ਵਿੱਚ। ਅਤੇ ਉਸ ਤੋਂ ਬਾਅਦ ਆਪਾਂ ਜਿਹੜੀ ਬੀਜ ਦੀ ਮਾਤਰਾ ਹੈਗੀ ਆ 30 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਛੱਟਾ ਮਾਰਿਆ ਸੀਗਾ ਜੀ। ਅਤੇ ਇੱਕ ਵਾਰ ਫੇਰ ਦੁਬਾਰਾ ਜਿਹੜਾ ਰੋਟਾਵੇਟਰ ਹੈ ਉਹਦੇ ਨਾਲ ਵਾਹਿਆ ਸੀਗਾ ਆਪਾਂ ਜ਼ਮੀਨ ਨੂੰ। ਅਤੇ 50 ਕਿਲੋ ਆਪਾਂ DAP ਜਿਹੜਾ ਹੈਗਾ ਉਹ ਦਿੱਤਾ ਸੀਗਾ ਸ਼ੁਰੂ ਦੇ ਵਿੱਚ ਬੇਸਲ ਡੋਜ਼ ਦੇ ਤੌਰ 'ਤੇ। ਅਤੇ ਉਸ ਤੋਂ ਬਾਅਦ ਆਪਾਂ ਜਿਹੜਾ ਇਹਨੂੰ ਯੂਰੀਆ ਹੈਗਾ, ਯੂਰੀਆ ਆਪਾਂ ਇਹਨੂੰ ਦਿੱਤਾ ਸੀਗਾ ਜੀ 3 ਕੱਟੇ, 3 ਬੈਗ ਯੂਰੀਆ ਦਾ ਮਤਲਬ 45 ਕਿਲੋ ਦੀ ਭਰਤੀ ਸੀਗੀ ਜੀ, ਤਾਂ 135 ਕਿਲੋ ਯੂਰੀਆ ਹੋ ਗਿਆ ਏਕੜ ਦਾ, ਉਹ ਡੋਜ਼ ਦਿੱਤੀ ਸੀਗੀ। ਅਤੇ ਫਿਰ ਆਪਾਂ ਇੱਕ ਮੈਗਨੀਜ਼ ਪਲੱਸ ਯੂਰੀਆ, 1 ਕਿਲੋ ਮੈਗਨੀਜ਼ ਅਤੇ 1 ਕਿਲੋ ਯੂਰੀਆ ਉਹਦਾ ਸਪਰੇਅ ਕੀਤਾ ਸੀਗਾ ਜੀ। ਵੈਸੇ ਤਾਂ ਇਹ ਵਰਾਇਟੀ ਨੂੰ ਕੋਈ ਪੀਲੇਪਣ ਦੀ ਸਮੱਸਿਆ ਆਈ ਨਹੀਂ ਸੀਗੀ, ਪਰ ਆਪਾਂ ਫਿਰ ਵੀ ਇੱਕ ਮੈਗਨੀਜ਼ ਦੀ ਜਿਹੜੀ ਹੈਗੀ ਹੈ ਸਪਰੇਅ ਹੈਗੀ ਉਹ ਕਰਤੀ ਸੀਗੀ ਜੀ ਯੂਰੀਏ ਦੇ ਵਿੱਚ ਮਿਕਸ ਕਰਕੇ। ਅਤੇ ਉਸ ਤੋਂ ਬਾਅਦ ਆਪਾਂ ਇੱਕ ਸਪਰੇਅ ਇਹਨੂੰ ਕੀਤਾ ਸੀਗਾ ਜੀ ਜਦੋਂ 55 ਕੁ ਦਿਨ ਦੀ ਕਣਕ ਸੀਗੀ, ਉਦੋਂ ਆਪਾਂ ਲੀਹੋਸਿਨ ਦਾ ਸਪਰੇਅ ਕੀਤਾ ਸੀਗਾ। ਲੀਹੋਸਿਨ ਇੱਕ ਗਰੋਥ ਰੈਗੂਲੇਟਰ ਹੈਗਾ ਜੀ, ਅਤੇ ਉਹ ਹਾਈਟ ਨੂੰ ਕੰਟਰੋਲ 'ਚ ਰੱਖਦਾ ਅਤੇ ਟਿਲਰਿੰਗ ਵੱਲ ਨੂੰ ਤੋਰ ਦਿੰਦਾ ਹੈ ਪੌਦਿਆਂ ਨੂੰ। ਸੋ ਆਪਾਂ ਇੱਕ ਉਹ ਸਪਰੇਅ ਕੀਤਾ ਸੀਗਾ ਇਹਨੂੰ। ਅਤੇ ਬਾਕੀ ਉਸ ਤੋਂ ਬਾਅਦ ਜਦੋਂ ਗੋਭ ਭਰਨ ਲੱਗੀ ਸੀਗੀ ਉਦੋਂ 13045 1 ਕਿਲੋ ਅਤੇ ਪਲੱਸ 70 ਗ੍ਰਾਮ ਬੋਰਨ ਇੱਕ ਇਹ ਸਪਰੇਅ ਕੀਤਾ ਸੀਗਾ ਜੀ ਆਪਾਂ। ਅਤੇ ਬਾਕੀ ਵੈਸੇ ਤਾਂ ਇਹਨੂੰ ਕੋਈ ਇਹਦੀ ਸਮੱਸਿਆ ਆਉਂਦੀ ਨਹੀਂ ਹੈਗੀ, ਆਪਣੀ ਜਿਹੜੀ ਪੀਲੀ ਕੁੰਗੀ ਅਤੇ ਭੂਰੀ ਕੁੰਗੀ ਵਗੈਰਾ ਹੈਗੀ ਹੈ ਇਹਦੇ ਪ੍ਰਤੀ ਇਹ ਸਹਿਣਸ਼ੀਲ ਹੈਗੀ ਹੈ ਵਰਾਇਟੀ, ਪਰ ਆਪਾਂ ਫਿਰ ਵੀ ਸੀਡ ਦਾ ਕੰਮ ਹੈ ਇਸ ਕਰਕੇ ਆਪਾਂ ਰਿਸਕ ਨਹੀਂ ਲੈਂਦੇ ਹੁੰਦੇ। ਅਤੇ ਇੱਕ ਓਪੇਰਾ ਦਾ ਇਹਨੂੰ ਆਪਾਂ ਸਪਰੇਅ ਕਰਤਾ ਸੀਗਾ, BASF ਕੰਪਨੀ ਦਾ ਆਉਂਦਾ ਹੈਗਾ ਜੀ ਓਪੇਰਾ ਪ੍ਰੋਡਕਟ, ਉਹਦਾ ਸਪਰੇਅ ਕੀਤਾ ਸੀ, ਸਪੈਸ਼ਲ ਕਣਕ ਵਾਸਤੇ ਆਉਂਦਾ ਉਹ। ਅਤੇ ਉਸ ਤੋਂ ਬਾਅਦ ਇਹਨੂੰ ਕਾਸੇ ਦੀ ਸਪਰੇਅ ਵਗੈਰਾ ਦੀ ਜ਼ਰੂਰਤ ਨਹੀਂ ਪਈ ਸੀਗੀ। ਅਤੇ ਬਾਕੀ ਜਿਵੇਂ ਤੁਸੀਂ ਇਹਦੀ ਇੱਕ ਖਾਸੀਅਤ ਮੈਂ ਤੁਹਾਨੂੰ ਦੱਸਣੀ ਚਾਹਾਂਗਾ ਕਿ ਪਿਛਲੇ ਸਾਲ ਜਿਵੇਂ ਨਿਸਾਰੇ ਤੋਂ ਬਾਅਦ ਜਿਹੜੀਆਂ ਬਰਸਾਤਾਂ ਹੋਈਆਂ ਸੀ, ਆਪਾਂ ਨੂੰ ਪਤਾ ਹੀ ਹੈ ਕਿ ਕਾਫ਼ੀ 5-6 ਬਰਸਾਤਾਂ ਹੋ ਗਈਆਂ ਸੀਗੀਆਂ ਜੀ, ਅਤੇ ਹਨੇਰੀ ਵੀ ਚੱਲ ਪਈ ਸੀ। ਅਤੇ ਰੋਟਾਵੇਟਰ ਦੇ ਨਾਲ ਬੀਜੀ ਹੋਣ ਦੇ ਬਾਵਜੂਦ ਵੀ ਇਹ ਵਰਾਇਟੀ ਜਿਹੜੀ ਹੈਗੀ ਹੈ ਡਿੱਗੀ ਨਹੀਂ ਸੀਗੀ ਜੀ, ਡਿੱਗਣ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਸਹਿਣਸ਼ੀਲ ਹੈਗੀ ਹੈ ਵਰਾਇਟੀ ਇਹ। ਇਹ ਬਹੁਤ ਤਕੜਾ ਇਹਦਾ ਪਲੱਸ ਪੁਆਇੰਟ ਹੈਗਾ ਜੀ ਵਰਾਇਟੀ ਦਾ। ਅਤੇ ਬਾਕੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਇਹਦੇ ਕੱਦ ਦੀ, ਤਾਂ ਜਿਹੜਾ ਇਹਦਾ ਔਸਤਨ ਕੱਦ ਹੈ ਜੀ 103 ਤੋਂ ਲੈ ਕੇ 105 ਸੈਂਟੀਮੀਟਰ ਦਾ ਦੱਸਿਆ ਜਾਂਦਾ ਹੈ ਯੂਨੀਵਰਸਿਟੀ ਵੱਲੋਂ। ਅਤੇ ਆਪਣੇ ਕੋਲ 103 ਸੈਂਟੀਮੀਟਰ ਦਾ ਹੀ ਇਹਦਾ ਕੱਦ ਰਿਹਾ ਸੀਗਾ। ਅਤੇ ਬਾਕੀ ਜਿਹੜੀ ਇਹਦੀ ਸਮਰੱਥਾ ਹੈਗੀ ਝਾੜ ਦੇਣ ਦੀ, ਯੂਨੀਵਰਸਿਟੀ ਵੱਲੋਂ ਇਹਦਾ ਜਿਹੜਾ ਝਾੜ ਹੈਗਾ ਉਹ ਦੱਸਿਆ ਜਾਂਦਾ ਹੈ 24 ਤੋਂ 25 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਦੀ ਔਸਤਨ ਝਾੜ ਦੱਸਿਆ ਜਾਂਦਾ ਜੀ। ਅਤੇ ਜਿਹੜੀ ਇਹਦੀ ਸਮਰੱਥਾ ਹੈਗੀ ਝਾੜ ਦੇਣ ਦੀ, ਪੋਟੈਂਸ਼ੀਅਲ ਹੈਗਾ,
कि वध तो वध किन्ना झाड़ दे सकदी है, वह हैगी है जी दी 30 क्विंटल तो लैके 32 क्विंटल तक यह झाड़ देने की समर्था रखती है वरायटी। उहदे वास्ते मौसम का भी अनुकूल रहना जरूरी है, तो बाकी इहदा बिजाई है जिहड़ी वह समय सिर होनी जरूरी है। बाकी जिहड़ियां खादां जां आपां स्प्रे वगैरह करने ने जां पानी वगैरह भी लाउणे ने वह भी समय समय से इहनूं टाइम सिर लगने जरूरी ने जी, ਤਾਂ ਕਿਤੇ ਜਾ ਕੇ ਇਹ ਨਹੀਂ ਸਮਰੱਥਾ ਰੱਖਦੀ ਹੈ ਕਿ 32 ਕੁਇੰਟਲ ਤੱਕ ਨਿਕਲ ਸਕਦੀ ਹੈ। ਅਤੇ ਹੁਣ ਆਪਾਂ ਦੇਖਦਾ ਕਿ ਸਾਡਾ ਜਿਹੜਾ ਝਾੜ ਸੀਗਾ ਉਹ ਕਿੰਨਾ ਰਿਹਾ ਜੀ, ਜਿਹੜਾ ਆਪਣੇ ਕੋਲ ਅਗੇਤਾ ਇਹ ਬੀਜਾ ਸੀਗਾ ਉਹਨੇ ਆਪਾਂ ਨੂੰ ਝਾੜ ਦਿੱਤਾ ਸੀਗਾ ਜੀ 28 ਕੁਇੰਟਲ ਤੋਂ ਪਲੱਸ, 28 ਕੁਇੰਟਲ 10 ਕਿਲੋ ਦੇ ਆਸ ਪਾਸ ਇਹਦਾ ਝਾੜ ਰਿਹਾ ਸੀਗਾ। ਅਤੇ ਜਿਹੜੀ ਲੇਟ ਆਪਾਂ ਬੀਜੀ ਸੀਗੀ ਅਤੇ ਉਹਨੇ ਝਾੜ ਦਿੱਤਾ ਸੀ ਆਪਾਂ ਨੂੰ 26.5 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਜੀ। ਅਤੇ ਪਿਛਲੇ ਸਾਲ ਦੇ ਤਜਰਬੇ ਤੇ ਦੇਖਦੇ ਹੋਏ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਵਰਾਇਟੀ ਜਿਹੜੀ ਹੈਗੀ ਹੈ ਇਹਨੂੰ ਹੋਰ ਵੀ ਜ਼ਿਆਦਾ ਆਪਾਂ ਅਗਰ ਅਗੇਤੀ ਬਿਜਾਈ ਕਰਾਂਗੇ ਤਾਂ ਇਹ ਹੋਰ ਵੀ ਜ਼ਿਆਦਾ ਜਿਹੜਾ ਝਾੜ ਉਹ ਦੇ ਸਕਦੀ ਹੈ, ਕਿਉਂਕਿ 150 ਦਿਨ ਦੇ ਆਸ ਪਾਸ ਇਹਨੇ ਆਪਣੇ ਖੇਤ ਦੇ ਵਿੱਚ ਲਿਆ ਸੀਗਾ ਬਿਜਾਈ ਤੋਂ ਲੈ ਕੇ ਕੱਟਣ ਤੱਕ। 25 ਅਕਤੂਬਰ ਤੋਂ ਲੈ ਕੇ ਅਤੇ 15 ਨਵੰਬਰ ਤੱਕ ਇਹਦੀ ਬਿਜਾਈ ਦਾ ਬਿਲਕੁਲ ਸਹੀ ਟਾਈਮ ਹੈ। ਅਤੇ 5 ਦਿਨ ਪਲੱਸ ਉੱਧਰੋਂ ਉੱਧਰੋਂ ਕਰ ਲਓ ਤੁਸੀਂ ਕਿ ਜੇ ਮੰਨ ਲਓ ਆਪਣੀ ਗਿੱਲ ਜਾ ਰਹੀ ਹੈ ਜਲਦੀ ਆਪਾਂ ਨੇ ਬੀਜਣੀ ਹੈ ਪਹਿਲਾਂ ਸ਼ੁਰੂ ਦੇ ਵਿੱਚ ਤਾਂ 5 ਕੁ ਦਿਨ ਹੋਰ ਅਗੇਤੀ ਤੁਸੀਂ ਕਰ ਸਕਦੇ ਹੋ 20 ਅਕਤੂਬਰ ਤੋਂ ਕਰ ਸਕਦੇ ਹੋ, ਅਤੇ ਉੱਧਰੋਂ ਅਗਰ ਲੇਟ ਹੁੰਦੀ ਹੈ ਤਾਂ ਤੁਸੀਂ 20 ਨਵੰਬਰ ਤੱਕ ਇਹਨੂੰ ਬੀਜ ਸਕਦੇ ਹੋ। ਅਤੇ ਪਰ ਜਿਹੜਾ ਬਿਲਕੁਲ ਸਹੀ ਢੁੱਕਵਾਂ ਟਾਈਮ ਹੈ ਉਹ 25 ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਇਹਦਾ ਟਾਈਮ ਜਿਹੜਾ ਹੈਗਾ ਉਹ ਬਿਲਕੁਲ ਸਹੀ ਟਾਈਮ ਰਹੂਗਾ ਇਹਨੂੰ ਬੀਜਣ ਦਾ। ਅਤੇ ਬਾਕੀ ਜਿਹੜੇ ਇਹਦੇ ਬੀਜ ਦੀ ਉਪਲਬਧਤਾ ਬਾਰੇ ਗੱਲ ਆਪਾਂ ਕਰੀਏ ਤਾਂ ਜਿਵੇਂ ਆਪਾਂ ਨੇ ਬੀਜ ਤਿਆਰ ਕੀਤਾ ਸੀ ਆਪਣੇ ਕੋਲ ਵੀ ਇਹਦਾ ਬੀਜ ਹੈਗਾ ਜੀ ਆਪਣੇ ਕੋਲੋਂ ਵੀ ਮਿਲ ਜੂਗਾ ਤੁਹਾਨੂੰ, ਤਾਂ ਤੁਸੀਂ ਆਪਾਂ ਨੰਬਰ ਦਿੱਤੇ ਹੋਏ ਨੇ ਫੋਨ ਕਰਕੇ ਪਤਾ ਕਰ ਸਕਦੇ ਹੋ ਜੀ। ਅਤੇ ਜਾਂ ਫਿਰ ਕਰਨਾਲ ਜਿਹੜਾ ਇੰਸਟੀਚਿਊਟ ਹੈਗਾ IIWBR ਤਾਂ ਤੁਸੀਂ ਉੱਥੋਂ ਵੀ ਇਹਦਾ ਜਿਹੜਾ ਬੀਜ ਹੈਗਾ ਉਹ ਲੈ ਸਕਦੇ ਹੋ। ਅਤੇ ਬੀਜ ਨੂੰ ਸੋਧ ਕੇ ਜ਼ਰੂਰ ਬੀਜਿਓ ਜੀ, ਕੋਈ ਵੀ ਬੀਜ ਆਪਾਂ ਬੀਜਦੇ ਹਾਂ ਵਰਾਇਟੀ ਉਹ ਆਪਾਂ ਜਿਹੜਾ ਬੀਜ ਨੂੰ ਸੋਧਣ ਵਾਲੀ ਦਵਾਈ ਹੁੰਦੀ ਹੈ ਉਹ ਜ਼ਰੂਰ ਲਾਉਣੀ ਚਾਹੀਦੀ ਆਪਾਂ ਨੂੰ। ਕਾਰਬਨਡਾਈਜ਼ਮ ਵੀ ਲਾ ਸਕਦੇ ਹਾਂ ਆਪਾਂ, ਰੈਕਸਲ ਵੀ ਲਾ ਸਕਦੇ ਹਾਂ, ਅਤੇ ਵੀਟਾਬੈਕਸ ਵੀ ਪਹਿਲਾਂ ਆਉਂਦੀ ਸੀਗੀ ਹੁਣ ਵੀ ਮਿਲ ਜਾਂਦੀ ਆ ਉਹ ਵੀ ਲਾ ਸਕਦੇ ਹਾਂ ਜੀ। ਅਤੇ ਬਾਕੀ ਇਹਦੇ ਵਿੱਚ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ ਕਿ ਕੋਈ ਧੋਖਾ ਦੇਣ ਵਾਲੀ ਵਰਾਇਟੀ ਨਹੀਂ ਹੈਗੀ ਇਹ ਮੈਨੂੰ ਲੱਗ ਰਿਹਾ ਵੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਵਰਾਇਟੀ ਹੋਣ ਵਾਲੀ ਹੈ, ਕਿਉਂਕਿ ਸਭ ਤੋਂ ਵੱਡੀ ਖਾਸੀਅਤ ਜਿਹੜੀ ਇਹ ਜਿਹੜੀ ਡਿੱਗਣ ਦੇ ਪ੍ਰਤੀ ਸਹਿਣਸ਼ੀਲਤਾ ਇਹਨਾਂ ਦੀ ਉਹ ਸਭ ਤੋਂ ਪਲੱਸ ਪੁਆਇੰਟ ਹੈਗਾ ਜੀ ਇਹਦਾ, ਜਿਹੜਾ ਮੈਨੂੰ ਲੱਗਿਆ। ਅਤੇ ਬਾਕੀ ਝਾੜ ਵੀ ਕਾਫੀ ਵਧੀਆ ਇਹਦਾ ਆ ਸਕਦਾ। ਅਤੇ ਅਗਰ ਇਹ ਵੀਡੀਓ ਆਪਾਂ ਨੂੰ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ, ਅਤੇ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ।